ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਮਿਲ ਕੇ 11 ਵਜੇ ਦਿੱਲੀ ਵੱਲ ਨੂੰ ਕੂਚ ਕਰਨਾ ਹੈ ਅਤੇ ਸ਼ੰਭੂ ਬਾਰਡਰ ਨੂੰ ਤੋੜਨ ਲਈ ਕਿਸਾਨ ਵੱਖੋ ਵੱਖਰੀਆਂ ਜੁਗਤਾਂ ਲਗਾ ਰਹੇ ਨੇ। ਵੱਖ ਵੱਖ ਪਲਾਨਸ ਤੇ ਸਾਰੇ ਹੀ ਕਿਸਾਨ ਕੰਮ ਕਰ ਰਹੇ ਨੇ। ਜਿੱਥੇ ਕਈਆਂ ਵੱਲੋਂ ਮਿੱਟੀ ਦੀਆਂ ਟਰਾਲੀਆਂ ਭਰ ਕੇ ਲਿਆਂਦੀਆਂ ਜਾ ਰਹੀਆਂ ਨੇ, ਉੱਥੇ ਹੀ ਕੱਲ ਕਿਸਾਨਾਂ ਨੇ ਇੱਕ ਅਜਿਹੀ JCB ਲਿਆਂਦੀ ਜੋ ਕਿ ਬੁਲੇਟ ਪਰੂਫ ਹੈ। ਚਾਰੇ ਪਾਸੇ ਉਹ ਕਵਰ ਕੀਤੀ ਹੋਈ ਹੈ ਜਿਸ ਤੇ ਨਾ ਤਾਂ ਕੋਈ ਅਥਰੂ ਗੈਸ ਦੇ ਗੋਲੇ ਦਾ ਅਸਰ ਹੁੰਦਾ ਹੈ ਅਤੇ ਨਾ ਹੀ ਗੋਲੀਆਂ ਦਾ। ਇਸ JCB ਨੂੰ ਇਸ ਲਈ ਕਵਰ ਕੀਤਾ ਗਿਆ ਤਾਂ ਜੋ ਕਿਸਾਨ ਵੀਰ ਡਰਾਈਵਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਨਾ ਹੋਵੇ ਅਤੇ ਉਹ ਆਪਣੇ ਪਲਾਨ ਦੇ ਵਿੱਚ ਕਾਮਯਾਬ ਹੋ ਸਕਣ। ਇੰਨਾ ਹੀ ਨਹੀਂ, ਇਸ ਤੋਂ ਇਲਾਵਾ JCB ਦਾ ਕਾਫਲਾ ਸ਼ੰਭੂ ਬਾਰਡਰ ਵੱਲ ਰਵਾਨਾ ਹੋ ਚੁੱਕਿਆ ਹੈ ਅਤੇ ਉੱਥੇ ਹੀ ਦੂਜੇ ਪਾਸੇ ਜੋ ਵੀ ਸ਼ੰਭੂ ਬਾਰਡਰ ਤੇ ਕੰਡਿਆਲੀਆਂ ਤਾਰਾਂ ਲਾਈਆਂ ਹੋਈਆਂ ਸਨ ਉਹਨਾਂ ਨੂੰ ਵੀ ਕਿਸਾਨ ਵੀਰ ਖਿੱਚ ਖਿੱਚ ਕੇ ਪਾਸੇ ਕਰ ਰਹੇ ਨੇ ਅਤੇ ਸ਼ੰਭੂ ਬਾਰਡਰ ਨੂੰ ਤੋੜਨ ਦੇ ਕੰਮ ਨੂੰ ਆਸਾਨ ਬਣਾਉਂਦੇ ਹੋਏ ਦਿਖਾਈ ਦੇ ਰਹੇ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਕਿਸਾਨਾਂ ਨੂੰ ਪੀਸਫੁਲੀ ਪ੍ਰੋਟੈਸਟ ਕਰਨ ਦੇਵੇਗੀ ਜਾਂ ਫਿਰ ਇਹਨਾਂ ਤੇ ਮੁਸ਼ਕਿਲਾਂ ਹੋਰ ਵੱਧ ਜਾਣਗੀਆਂ। ਬਾਕੀ ਤੁਸੀਂ ਕਿਸਾਨ ਵੀਰਾਂ ਲਈ ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਕਮੈਂਟ ਕਰਨਾ ਨਾ ਭੁੱਲਣਾ।